ਬਾਜੀ ਬਾਬਾ ਚੈਨਲ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੇ ਵੀਡੀਓ ਨੂੰ ਤੁਸੀਂ ਬਹੁਤ ਪਿਆਰੇ ਪਿਆਰੇ ਕਮੈਂਟ ਦਿੰਦੇ ਹੋ, ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ। ਅੱਜ ਫੇਰ ਅਸੀਂ ਤੁਹਾਡੇ ਲਈ ਇੱਕ ਨਵਾਂ ਵੀਡੀਓ ਲੈ ਕੇ ਆਏ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਚੰਗੀਆਂ ਚੰਗੀਆਂ ਜਗ੍ਹਾ ਤੁਹਾਨੂੰ ਦਿਖਾਉਂਦੇ ਹਾਂ। ਅੱਜ ਤੁਹਾਨੂੰ ਇੱਕ ਐਸੀ ਜਗ੍ਹਾ ਲੈ ਕੇ ਆਇਆ ਜੋ 80 ਦੇ ਦਹਾਕੇ ਵਿੱਚ ਇੱਕ ਕਰੇਜ਼ ਹੁੰਦਾ ਸੀ ਔਰ ਲੋਕਾਂ ਵਾਸਤੇ ਇਹ ਬਹੁਤ ਇੱਕ ਨਵੀਂ ਚੀਜ਼ ਸੀ ਕਿ ਤੈਰਦਾ ਹੋਇਆ ਇੱਕ ਰੈਸਟੋਰੈਂਟ, ਫਲੋਟਿੰਗ ਰੈਸਟੋਰੈਂਟ ਸਰਹੰਦ, ਜੋ ਉਸ ਵੇਲੇ ਖੁੱਲ੍ਹਿਆ, ਇੱਕ ਬਹੁਤ ਬੜਾ ਅਜੂਬਾ ਵੀ ਸੀ ਅਤੇ ਇੱਕ ਬਹੁਤ ਬੜੀ ਲੋਕਾਂ ਨੂੰ ਚਾਹਤ ਵੀ ਸੀ ਇਸ ਨੂੰ ਦੇਖਣ ਦੀ। ਬੜੀ ਦੂਰੋਂ ਦੂਰੋਂ ਲੋਕ ਆਉਂਦੇ ਸੀ ਅਤੇ ਅਕਸਰ ਇਹ ਫੁੱਲ ਰਿਹਾ ਕਰਦਾ ਸੀ, ਪਰ ਹੌਲੀ ਹੌਲੀ ਪਤਾ ਨਹੀਂ ਕੀ ਹੋਇਆ ਜਾਂ ਪੰਜਾਬ ਸਰਕਾਰ ਨੇ ਇਸ ਨੂੰ ਅਣਗਹਿਲਾ ਕੀਤਾ, ਜਿਸ ਤਰ੍ਹਾਂ ਕਿ ਬਾਕੀ ਵੀ ਪ੍ਰੋਜੈਕਟ ਜੋ ਨਹਿਰਾਂ 'ਤੇ ਬਣੇ ਹੋਏ ਸੀ, ਨੀਲੋਂ ਸੀ, ਰੋਪੜ ਸੀ, ਉਹਨਾਂ ਦੇ ਵੀ ਹਾਲ ਵੱਧ ਤੋਂ ਬਦਤਰ ਹੁੰਦੇ ਚਲੇ ਗਏ ਅਤੇ ਅਖੀਰ ਨੂੰ ਇਹ ਸਾਰੇ ਹੀ ਰਿਜ਼ੋਰਟ ਜੋ ਪੰਜਾਬ ਟੂਰਿਜ਼ਮ ਵੱਲੋਂ ਚਲਾਏ ਜਾਂਦੇ ਸੀ ਅਤੇ ਬਹੁਤ ਵਧੀਆ ਚੱਲ ਰਹੇ ਸੀ, ਬਿਲਕੁਲ ਹੀ ਡਿਫੰਕਟ ਹੋ ਕੇ ਅੱਜ ਬੰਦ ਹੋ ਗਏ ਨੇ। ਅੱਜ ਅਸੀਂ ਪਹੁੰਚੇ ਹਾਂ ਸਰਹੰਦ, ਕਿਉਂਕਿ ਹੁਣ ਇਹ ਰੈਸਟੋਰੈਂਟ ਬ੍ਰਿਜ ਉੱਚਾ ਹੋਣ ਕਰਕੇ ਬਹੁਤ ਲੋਕਾਂ ਨੂੰ ਨਜ਼ਰ ਵੀ ਨਹੀਂ ਆਉਂਦਾ, ਪਰ ਅਸੀਂ ਤੁਹਾਨੂੰ ਇਸ ਰੈਸਟੋਰੈਂਟ ਬਾਰੇ ਦੱਸਣ ਵਾਸਤੇ ਇੱਥੇ ਨੀਚੇ ਆਏ ਹਾਂ ਔਰ ਦਿਖਾ ਰਹੇ ਹਾਂ। ਪਿੱਛੇ ਮੇਰੇ ਇਹ ਰੈਸਟੋਰੈਂਟ ਹੈ ਜਿਸ ਨੂੰ ਫਲੋਟਿੰਗ ਰੈਸਟੋਰੈਂਟ ਕਿਹਾ ਜਾਂਦਾ ਸੀ। ਹੁਣ ਤੁਹਾਨੂੰ ਅਸੀਂ ਇਸ ਦਾ ਏਰੀਅਲ ਵਿਊ ਵੀ ਦਿਖਾਵਾਂਗੇ ਕਿ ਕਿੰਨਾ ਖੂਬਸੂਰਤ ਅਤੇ ਜੇ ਉੱਪਰੋਂ ਦੇਖਿਆ ਜਾਵੇ ਲੱਗਦਾ ਹੈ। ਹਾਲਾਂਕਿ ਹੁਣ ਇਹਦਾ ਪੇਂਟ ਵਗੈਰਾ ਜੋ ਸਾਰੀਆਂ ਚੀਜ਼ਾਂ ਨੇ ਬਿਲਕੁਲ ਉੱਖੜ ਚੁੱਕਿਆ ਹੈ, ਕੋਈ ਮੇਨਟੇਨੈਂਸ ਨਹੀਂ ਹੈ, ਫੱਟੇ ਟੁੱਟ ਚੁੱਕੇ ਨੇ ਅਤੇ ਇਹਨੂੰ ਲੌਕ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਅਗਰ ਇਸ ਤਰ੍ਹਾਂ ਦੀ ਕੋਈ ਐਸਟ, ਇਸ ਤਰ੍ਹਾਂ ਦਾ ਕੋਈ ਰਿਜ਼ੋਰਟ ਪ੍ਰਾਈਵੇਟ ਹੱਥਾਂ ਵਿੱਚ ਹੁੰਦਾ ਅਤੇ ਅੱਜ ਲੱਖਾਂ ਰੁਪਏ ਕਮਾ ਰਹੇ ਹੁੰਦੇ ਅਤੇ ਬੜੀ ਪਾਰਟੀਆਂ ਕਰਨ ਵਾਸਤੇ ਇੱਥੇ ਕਰੇਜ਼ ਹੁੰਦਾ, ਪਰ ਪਤਾ ਨਹੀਂ ਪੰਜਾਬ ਟੂਰਿਜ਼ਮ ਨੇ ਕਿਉਂ ਹੱਥ ਖੜ੍ਹੇ ਕਰ ਚੁੱਕੇ ਨੇ। ਵੱਖ ਵੱਖ ਤਰ੍ਹਾਂ ਦੀਆਂ ਸਰਕਾਰਾਂ, ਕਾਂਗਰਸ ਦੀਆਂ, ਅਕਾਲੀਆਂ ਦੀਆਂ, ਆਪ ਦੀਆਂ ਆਈਆਂ, ਪਰ ਇਸ ਪ੍ਰੋਜੈਕਟ ਦੀ ਇੱਦਾਂ ਦੇ ਦੀ ਕਿਸੇ ਨੇ ਸੁੱਧ ਨਹੀਂ ਲਈ। ਦੇਖੋ ਹੁਣ ਤੁਹਾਨੂੰ ਦਿਖਾ ਰਿਹਾ ਏਰੀਅਲ ਫੋਟੋਗ੍ਰਾਫੀ, ਕਿੰਨਾ ਸੁੰਦਰ ਨਜ਼ਾਰਾ ਹੈ ਔਰ ਕਿੰਨੀ ਵਧੀਆ ਇਹ ਬਿਲਡਿੰਗ ਬਣੀ ਹੋਈ ਹੈ। ਪਾਣੀ ਤੇ ਬੈਠ ਕੇ ਨੀਚੋਂ ਨੀ ਪਾਣੀ ਜਾਂਦਾ ਸੀ, ਫਰੈਸ਼ ਭਾਖੜਾ ਦਾ ਪਾਣੀ ਸੀ ਔਰ ਬੜਾ ਇੱਕ ਅਚੰਬੇ ਵਾਲੀ ਚੀਜ਼ ਤੇ ਇੱਕ ਯਾਨੀ ਜਾਦੂਈ ਅਟਰੈਕਸ਼ਨ ਸੀ ਇਸ ਜਗ੍ਹਾ ਦੀ, ਇੱਥੇ ਬੈਠ ਕੇ ਲੰਚ, ਡਿਨਰ ਜਾਂ ਕੋਈ ਸੌਫਟ ਡਰਿੰਕ ਤੁਹਾਨੂੰ ਪੀਣ ਵਾਸਤੇ। ਪਰ ਅੱਜ ਇਸ ਦੇ ਹਾਲਾਤ ਬਿਲਕੁਲ ਹੀ ਮਾੜੇ ਨੇ। ਇਹ ਕਿਸੇ ਵੀ ਟਾਈਮ ਯਾਨੀ ਮੈਨੂੰ ਲੱਗਦਾ ਵੀ ਸਰਕਾਰ ਇਹਨੂੰ ਚਲਾਉਣ ਦੇ ਲਈ ਤਾਂ ਵਚਨਬੱਧ ਹੈ ਨਹੀਂ, ਪਰ ਜ਼ਰੂਰ ਕਿਸੇ ਨਾ ਕਿਸੇ ਟਾਈਮ ਇਸ ਦੀ ਆਕਸ਼ਨ ਕੀਤੀ ਜਾਵੇਗੀ, ਇਸ ਨੂੰ ਤੋੜਿਆ ਜਾਏਗਾ ਅਤੇ ਇਹ ਰੈਸਟੋਰੈਂਟ ਜੋ ਹੈ ਸਕ੍ਰੈਪ ਦੇ ਭਾਅ ਕਿਸੇ ਨੂੰ ਦੇ ਦਿੱਤਾ ਜਾਵੇਗਾ। ਅਜੇ ਵੀ ਇਸ ਦੇ ਜੇ ਕੋਈ ਐਫਰਟ ਕੀਤੀ ਜਾਵੇ, ਕਿਉਂਕਿ ਇਹ ਫਲੋਟਿੰਗ ਹੈ, ਮੈਨੂੰ ਲੱਗਦਾ ਇਹਦੇ ਫਲੋਟ ਹਜੇ ਵੀ ਕਾਮਯਾਬ ਨੇ ਜਿਸ ਕਰਕੇ ਇਹ ਫਲੋਟ ਕਰ ਰਿਹਾ ਹੈ, ਔਰ ਇਸ ਦੀ ਜੇ ਰਿਪੇਅਰ ਕੀਤੀ ਜਾਵੇ ਜਾਂ ਇਸ ਦੇ ਵਾਸਤੇ ਕੋਈ ਪ੍ਰਾਈਵੇਟ ਪਾਰਟੀ ਲੱਭੀ ਜਾਵੇ ਜੋ ਇਸ ਨੂੰ ਰਿਸਟੋਰ ਕਰੇ, ਜਾਂ ਕੋਈ ਇਸ ਤਰ੍ਹਾਂ ਦਾ ਅਦਾਰਾ ਇਸ ਨੂੰ ਗੋਦ ਲੈ ਲਵੇ ਜੋ ਇਸ ਨੂੰ ਇੱਕ ਹੈਰੀਟੇਜ ਦੇ ਤੌਰ 'ਤੇ ਵੀ ਸੰਭਾਲ ਕੇ ਰੱਖੇ, ਅਤੇ ਕਾਫੀ ਸ਼ਾਇਦ ਅਸੀਂ ਇਸ ਨੂੰ ਰਿਸਟੋਰ ਕਰ ਸਕੀਏ। ਸਾਡੀ ਇੱਕ ਕੋਸ਼ਿਸ਼ ਸੀ ਕਿ ਤੁਹਾਨੂੰ ਅਜਿਹੀ ਖੂਬਸੂਰਤ ਜਗ੍ਹਾ ਦਿਖਾਈਏ ਜੋ ਬਣੀ ਹੋਈ ਹੈ ਪੰਜਾਬ 'ਚ, ਔਰ ਅਤੇ ਲੋਕ ਉੱਥੇ ਬੜੇ ਆਉਂਦੇ ਸੀ, ਪਰ ਅੱਜ ਕੱਲ੍ਹ ਲੋਕਾਂ ਦੀ ਅੱਖਾਂ ਤੋਂ ਪਰੇ ਹੋ ਗਈ ਹੈ, ਸ਼ਾਇਦ ਬਹੁਤੇ ਲੋਕਾਂ ਨੇ ਨਵੀਂ ਜਨਰੇਸ਼ਨ ਨੇ ਇਹ ਵੇਖਿਆ ਵੀ ਨਾ ਹੋਵੇ। ਦੇਖਦੇ ਰਹੋ ਸਾਡੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ, ਅਤੇ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜੇ ਤੁਹਾਨੂੰ ਸਾਡਾ ਟੌਪਿਕ ਚੰਗਾ ਲੱਗਿਆ ਸ਼ੇਅਰ ਕਰੋ, ਫਾਰਵਰਡ ਕਰੋ। ਧੰਨਵਾਦ ਜੀ।